ਨੀ ਡਾਬਰ ਵਰਗਾ ਮੰਝਣ ਨੀ ਤੇ ਮੋਦੀ ਵਰਗਾ ਕੰਜਰ ਨੀ ਵਾਰੀ ਵਾਰੀ ਵਰਸੀ ਖਟਣ ਗਈ ਸੀ ਵਾਰੀ ਵਾਰੀ ਵਰਸੀ ਖਟਣ ਗਈ ਸੀ ਖੱਟ ਕੇ ਲਿਆਦਾ ਮਾਵਾ ਨੀ ਕੰਜਰ ਮੋਦੀ ਨੂੰ ਮੈਂ ਲੱਖ ਲਾਨ ਤਾਂ ਪਾਵਾਂ ਨੀ ਕੰਜਰ ਮੋਦੀ ਭਾਵੇਂ ਟਾਈਮ ਹੋਇਆ ਢੇਜ ਥੱਲੇ ਉਹੀ ਕਾਲੀ ਰੇਜ ਬਿੱਤੀ ਉਹੀ ਸੇਮ ਯਾਰ ਸਾਡੇ ਉਹੀ ਸੇਮ ਵੀ ਕੌਫੀ ਤੁਹਾਨੂੰ ਮੈਂ ਕੰਟੇ ਛਾਟਾਉ ਮੈਨੂੰ ਇੰਨਾ ਦਿਮਾਗ ਖਰਾਬ ਹੋਇਆ ਮੇਰਾ ਅੱਜ ਕੌਫੀ ਅਸੀਂ ਵੀ ਪੀਨੇ ਆ ਜੇ ਨਾਲ ਵਧੀਆਣੀ ਪੀਨੇ ਕੋ ਤਾਂ ਦੁੱਧ ਵੀ ਨਹੀਂ ਪੋਣੀ ਉਹ ਹਾਰ ਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਬਸ ਹੌਂਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ جنگ ਰੱਖਿਓ ਜਾਰੀ جنگ ਰੱਖਿਓ ਹੋ ਸੰਤਾਂ ਦੇ ਹੱਥਾਂ ਵਿੱਚ ਫੜਿਆ ਤੀਰ ਦੇ ਵਰਗਾ ਨਹੀਂ ਉੱਜਣਾ ਅਖਣਾ ਹੀ ਡਬਲੂ ਜੋ ਕਸ਼ਮੀਰ ਦੇ ਵਰਗਾ ਨਹੀਂ ਹੋ ਗੜਗਰਸ ਵਾਲਿਆ ਮਰਦਾਂ ਦਾ ਜਨਾਬ ਕਹਿੰਦੇ ਆ ਕਹ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਸਤ ਸ੍ਰੀ ਅਕਾਲ ਦੋਸਤੋ ਮੈਂ ਕੁਲਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਇਸ ਵੇਲੇ ਦੇ ਕੁਝ ਖਾਸ ਅਪਡੇਟ ਲੈ ਕੇ ਤੁਹਾਡੇ ਮਨਪਸੰਦ ਸੈਗਮੈਂਟ ਅਪਡੇਟਸ ਦੀ ਲੜੀ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਤੁਹਾਡੇ ਲਈ ਅਪਡੇਟ ਲੈ ਕੇ ਹਾਜ਼ਰ ਹੋਇਆ ਸਾਰੇ ਹੀ ਖਾਸ ਨੇ ਇਸ ਲਈ ਸਾਰੇ ਦੋਸਤ ਵੀਡੀਓ ਨਾਲ ਅਖੀਰ ਤੱਕ ਬਨੇ ਰਹਿਣਾ ਤੇ ਬਿਨਾ ਤੁਹਾਡਾ ਹੋਰ ਜਿਆਦਾ ਸਮਾਂ ਲਈ ਚਲੋ ਸ਼ੁਰੂ ਕਰਦੇ ਹਾਂ ਅੱਜ ਦੇ ਅਪਡੇਟਸ ਦੀ ਲੜੀ ਨੂੰ ਦੋਸਤੋ ਜਿੱਥੇ ਆਪਾਂ ਅੱਜ ਦੀ ਵੀਡੀਓ ਵਿੱਚ ਸਿੱਧੂ ਮੂਸੇਵਾਲੇ ਬਾਰੇ ਕੁਝ ਖਾਸ ਅਪਡੇਟ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਆ ਉੱਤੇ ਕਿਸਾਨੀ ਸੰਘਰਸ਼ ਨਾਲ ਜੁੜੇ ਕੁਝ ਵੱਡੇ ਅਪਡੇਟ ਵੀ ਨੇ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਸੋ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਹ ਅਪਡੇਟ ਜੋ ਕਿ ਇਸ ਵੇਲੇ ਕਾਫੀ ਜਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਦੋਸਤੋ ਸੋਸ਼ਲ ਮੀਡੀਆ ਤੇ ਸਚਿੰਤ ਤੰਦੂਲਕਰ ਦੀ ਇੱਕ ਪੋਸਟ ਕਾਫੀ ਜਿਆਦਾ ਚਰਚਾ ਜਿਆਦਾ ਵਿਸ਼ਾ ਬਣੀ ਹੋਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਸਾਨਾਂ ਦੀ ਤੇ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪ੍ਰੇਡ ਦੀ ਇੱਕ ਤਰੀਕੇ ਦੇ ਨਾਲ ਸਪੋਰਟ ਕੀਤੀ ਹੈ ਤੇ ਦੋਸਤੋ ਦੂਜੇ ਪਾਸੇ ਕਿਸਾਨਾਂ ਦੀ ਅਤੇ ਕਿਸਾਨਾਂ ਦੀ ਸਪੋਰਟ ਕਰਨ ਵਾਲੇ ਹਰ ਇੱਕ ਕਲਾਕਾਰ ਨੂੰ ਮਾੜਾ ਬੋਲਣ ਵਾਲੀ ਪਾਇਲ ਰਹਤੋਗੀ ਜਿਸ ਦਾ ਕਿ ਨਿੱਤ ਦਾ ਕੰਮ ਹੀ ਹੋ ਗਿਆ ਕਿ ਜੋ ਵੀ ਕਿਸਾਨਾਂ ਨੂੰ ਸਪੋਰਟ ਕਰਦਾ ਉਸ ਬਾਰੇ ਮਾੜਾ ਚੰਗਾ ਬੋਲਦੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆ ਕੇ ਇਸੇ ਤਰ੍ਹਾਂ ਹੀ ਹੁਣ ਉਸਨੇ ਸਚਿੰਤ ਤੰਦੂਲਕਰ ਬਾਰੇ ਵੀ ਕਾਫੀ ਜ਼ਿਆਦਾ ਗਲਤ ਬੋਲਿਆ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆ ਕੇ ਆਓ ਤੁਸੀਂ ਪਹਿਲਾ ਝਲਕ ਮਾਰੋ ਪਾਇਲ ਰਹਿਤੋਗੀ ਦੀ ਇੱਕ ਛੋਟੀ ਜੀ ਵੀਡੀਓ ਕਲਿੱਪ ਤੇ ਜਿਸ ਤੋਂ ਬਾਅਦ ਹੋਰ ਖਾਸ ਅਪਡੇਟ ਤੁਹਾਡੀ ਨਜ਼ਰ ਕਰਾਂਗੇ ਤੇ ਇਸ ਪਾਇਲ ਰਹਿਤੋਗੀ ਬਾਰੇ ਆਪਣੇ ਵਿਚਾਰ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜਿਸ ਨੂੰ ਕਿ ਛਿੱਟੇਮਾਰ ਅਤੇ ਪਾਲਿਸ਼ਮਾਰ ਦੇ ਨਾਂਵਜੋ ਜਾਣਿਆ ਜਾਂਦਾ ਜਿਸ ਕਰਕੇ ਨੇ ਆਪਣੇ ਕਮੈਂਟਸ ਵੀ ਆਫ ਕੀਤੇ ਹੋਏ ਨੇ ਕਿਉਂਕਿ ਹਰ ਰੋਜ਼ ਜਿੰਨੀਆਂ ਲਾਂ ਤਾਂ ਪਾਇਲ ਰਹੇ ਤੋਗੇ ਨੂੰ ਪੈਂਦੀਆਂ ਨੇ ਇੱਥੇ ਤਾਂ ਇਹੀ ਗੱਲ ਕਹਿ ਸਕਦੇ ਆ ਕਿ ਜੇਕਰ ਲਾਂਡ ਦਾ ਪੈਣ ਦਾ ਕੋਈ ਅਵਾਰਡ ਹੁੰਦਾ ਤਾਂ ਫਰਸਟ ਪ੍ਰਾਈਜ਼ ਪਾਇਲ ਰਹੇ ਤੋਗੇ ਨੂੰ ਹੀ ਮਿਲਣਾ ਸੀ एनीवेज कमिंग बैक टू कंट्रोवर्सीज अभी है ना सोशल मीडिया के जमाने के अंदर लोगों को पता चल गया है कि अपने आईटी रिटर्न्स में मैं अपने आप को क्रिकेटर ही नहीं कहता अपने आईटी रिटर्न्स में मैं अपने आप को एक्टर कहता हूं क्योंकि अंडर सेक्शन 80RR ऑफ द इंडियन इनकम टैक्स एक्ट 1995 अगर मैं अपने आप को एक्टर बोलता हूं तो मुझे बहुत ज्यादा टैक्स डिडक्शंस मिलते हैं जी हां और मुझे वो टैक्स डिडक्शंस चाहिए क्योंकि भारत सरकार को क्यों दूंगा मैं भारत सरकार को दूंगा तो वो पैसा भारत सरकार भारत के लिए यूज करेगी तो मैं भारत सरकार को टैक्स नहीं देना चाहता इसलिए मैंने इंडियन इनकम टैक्स एक्ट सेक्शन एटी आर आर के तहत टैक्स डिडक्शन ली है और मैंने गया है तो अभी मुझे सोचना पड़ेगा सोचना पड़ेगा सोचना पड़ेगा कि मैं क्या करूं कि लोगों को मेरी ये बात भी पसंद आ जाए बिकॉज़ देखो लोग मुझे एज अ क्रिकेटर तो पूछते हैं अब लोगों को मैं कैसे बताऊं कि 25 साल से तो मैं अपने आप को क्रिकेटर बोल ही नहीं रहा था अपने इनकम टैक्स रिटर्न के अंदर मैं अपने आप को एक्टर बोल रहा था मैं कितनी अच्छी

ਹਾਂਜੀ ਦੋਸਤੋ ਫਿਰ ਤੁਸੀਂ ਕੀ ਕਹੋਗੇ ਇਸ ਪੈਲ ਰਹੇ ਤੋਗੀ ਵਾਰ ਇੱਕ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਡ੍ਰੌਪ ਕਰਨਾ ਨਾ ਭੁੱਲਣਾ ਉੱਥੇ ਹੀ ਅਗਲਾ ਅਪਡੇਟ ਸਾਹਮਣੇ ਆਇਆ ਹੈ ਸਿੱਧੂ ਮੂਸੇਵਾਲੇ ਬਾਰੇ ਜਿੰਨਾ ਬਾਰੇ ਕਿ ਕੁਝ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਹ ਵੀਡੀਓ ਕਲਿੱਪ ਹੈ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਬਿੱਗ ਬਾਸ ਦੀ ਜਿੱਥੇ ਕਿ ਸਿੱਧੂ ਮੂਸੇਵਾਲੇ ਦਾ ਨਾਮ ਇੱਕ ਵਾਰ ਫਿਰ ਤੋਂ ਗੂੰਜਿਆ ਦੋਸਤੋ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿੱਧੂ ਮੂਸੇਵਾਲੇ ਦਾ ਨਾਮ ਕਿ ਸਭ ਵੱਡੇ ਰਿਐਲਿਟੀ ਸ਼ੋਅ ਦੇ ਵਿੱਚ ਚੱਲਿਆ ਹੋਵੇ ਕਿਉਂਕਿ ਸਿੱਧੂ ਮਸੂਏ ਵਾਲੇ ਦਾ ਨਾਂ ਪੰਜਾਬ ਤੋਂ ਲੈ ਕੇ ਬਾਲੀਵੁੱਡ ਅਤੇ ਹਾਲੀਵੁੱਡ ਤੱਕ ਲਿਆ ਜਾਂਦਾ ਤੇ ਉੱਥੇ ਇਹ ਵੀ ਖਾਸ ਗੱਲ ਹੈ ਕਿ ਉਹ ਵੀ ਸਿਰਫ 2 ਅਤੇ 3 ਸਾਲ ਦੇ 뮤직 ਕੈਰੀਅਰ ਦੇ ਵਿੱਚ ਹੀ ਸਿੱਧੂ ਮਸੂਏ ਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ ਹੈ ਉਸ ਬਾਰੇ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ ਤੇ ਨਾਲ ਹੀ ਦੋਸਤੋ ਹੁਣ ਇੱਕ ਝਲਕ ਮਾਰਦੇ ਹਾਂ ਬਿੱਗ ਬੌਸ ਦੀ ਉਸ ਵੀਡੀਓ ਕਲਿੱਪ ਤੇ ਜਿਸ ਦੇ ਵਿੱਚ ਸਿੱਧੂ ਮਸੂਏ ਵਾਲੇ ਬਾਰੇ ਚਰਚਾ ਹੋਈ ਹੈ ਤੇ ਤੁਹਾਨੂੰ ਸਿੱਧੂ ਮਸੂਏ ਵਾਲੇ ਦੇ ਗਾਣੇ ਕਿਵੇਂ ਲੱਗਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ ਜਿਹੜੇ ਜਿਹੜੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਨੇ ਉਹ ਕਮੈਂਟਾਂ ਦੇ ਵਿੱਚ ਆਪਣੇ ਪਿੰਡ ਸ਼ਹਿਰ ਦਾ ਨਾਮ ਜ਼ਰੂਰ ਦੱਸਣਾ ਤਾਂ ਕਿ ਪਤਾ ਲੱਗ ਸਕੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਕਿੱਥੋਂ ਕਿੱਥੋਂ ਦੇਖ ਰਹੇ ਨੇ ਇਸ ਵੀਡੀਓ ਨੂੰ ਸਿੱਧੂ 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 ਮੂਸੇਵਾਲਾ ਆਈ ਲਵ ਹਿਮ ਯਾਰ ਉਸਕੇ ਗਾਣੇ ਹਾਏ ਮੈਂ ਉਸਕੇ ਲਾਈਵ ਕਾਂਸਰਟ ਮੈਂ ਗਈ ਸੀ ਸਪੈਸ਼ਲੀ ਫਰਮ ਮੁੰਬਈ ਹਾਏ ਉਸਕੇ यार वो सिंगर कौन है पंजाब का बहुत फेमस है आ, नहीं, नहीं।, नहीं नहीं वो वो क्या मतलब फेता फेटा पहनता दलजीत भी नहीं एक और है नहीं यार एक और है हाँ नहीं नहीं एक और है गाना मुझे सिद्धू सिद्धू

ਬੋਲਦੇ ਇਤਨੀ ਵੱਡੀ ਫੈਨ ਨਾ ਨਾ ਵੀਡੀਓ ਬਣਾਇਆ ਲੇਕਿਨ ਬਟ ਸੋਹਾਈ ਵੀ ਅੱਛਾ ਔਰ ਔਰ ਦੋ ਤਿੰਨ ਗਾਣੇ ਹੈ ਸੋ ਦੋਸਤੋ ਐਸੇ ਵੀਡੀਓ ਕਲਿੱਪ ਜੋ ਕਿ ਉਸ ਸਮੇਂ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿੱਥੇ ਸਲਮਾਨ ਖਾਨ ਦੇ ਸਾਹਮਣੇ ਉਹਨਾਂ ਦੇ ਰਿਐਲਿਟੀ ਸ਼ੋ ਬਿੱਗ ਬਾਸ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਨਾਮ ਚੱਲਿਆ ਤੇ ਦੋਸਤੋ ਹੁਣ ਤੁਹਾਨੂੰ ਲੈ ਚੱਲ ਰਹੇ ਹਾਂ ਕਿਸਾਨੀ ਸੰਘਰਸ਼ ਵੱਲ ਜਿੱਥੋਂ ਦੀ ਇੱਕ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿਵੇਂ ਕਿ ਦੋਸਤੋ ਸਾਰੇ ਜਾਣਦੇ ਹੀ ਨੇ ਕਿ ਕਿਸਾਨ ਪੰਜਾਬ ਦੀ ਪਹਿਲ ਤੋਂ ਬਾਅਦ ਦਿੱਲੀ ਦੇ ਬਾਰਡਰਾਂ ਤੇ ਆਪਣੇ ਹੱਕਾਂ ਦੇ ਲਈ ਡਟੇ ਹੋਏ ਨੇ ਇਸ ਕੜਾਕੇ ਦੀ ਠੰਡ ਦੇ ਵਿੱਚ ਵੀ ਉੱਥੇ ਦੋਸਤੋ ਸਾਰੀ ਦੁਨੀਆ ਜਾਣਦੀ ਹੈ ਕਿ ਪੰਜਾਬੀਆਂ ਦੇ ਮੂਹਰੇ ਕਦੇ ਵੀ ਕੋਈ ਮੁਸ਼ਕਲ ਨਹੀਂ ਟਿਕਦੀ ਕਿਉਂਕਿ ਪੰਜਾਬੀ ਜਿੱਡੀ ਵਰਜੀ ਵੱਡੀ ਮੁਸ਼ਕਲ ਕਿਉਂ ਨਾ ਹੋਵੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦੇ ਨੇ ਤੇ ਇਸੇ ਤਰ੍ਹਾਂ ਦੀਆਂ ਵੀਡੀਓ ਕਲਿੱਪਸ ਤੁਸੀਂ ਹਰ ਰੋਜ਼ ਦੇਖਦੇ ਹੀ ਰਹਿੰਦੇ ਹੋ ਤੇ ਜਿਹੀ ਇੱਕ ਹੋਰ ਮਜ਼ਾਕੀਆ ਕਲਿੱਪਸ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਦੋਂ ਕਿਸਾਨੀ ਸੰਘਰਸ਼ ਦੇ ਵਿੱਚ ਪਹੁੰਚ ਗਿਆ ਸਣੀ ਦਿਓਲ ਜਿਵੇਂ ਦੋਸਤੋ ਇੱਕ ਦੋਸਤ ਨੇ ਕਿਸਾਨੀ ਸੰਘਰਸ਼ ਦਿੱਲੀ ਦੇ ਵਿੱਚ ਸਟੇਜ ਤੋਂ ਸਣੀ ਦਿਓਲ ਦੀ ਆਵਾਜ਼ ਦੀ ਨਕਲ ਕਰਦੇ ਹੋਏ ਉਹਨਾਂ ਦੀ ਮਮੇਕਰੀ ਦੇ ਵਿੱਚ ਕੁਝ ਅਜਿਹੇ ਡਾਇਲੌਗ ਸੁਣਾਏ ਕਿ ਦੇਖਣ ਸੁਣਨ ਵਾਲਿਆਂ ਦਾ ਹਾਸਾ ਹਾਸ ਕੇ ਢਿੱਡ ਦੁਖਣ ਲੱਗ ਪਿਆ ਤੇ ਇਹ ਵੀਡੀਓ ਕਲਿੱਪ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੁਸੀਂ ਵੀ ਝਲਕ ਮਾਰੋ ਇਸ ਵੀਡੀਓ ਕਲਿੱਪ ਤੇ ਬਾਕੀ ਕਿਹੜੇ-ਕਿਹੜੇ ਦੋਸਤ 26 ਜਨਵਰੀ ਇਹਨੂੰ ਟਰੈਕਟਰ ਪ੍ਰੇਡ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚ ਰਹੇ ਨੇ ਦਿੱਲੀ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾ ਕੇ ਜਾਣਾ ਨਾਲ ਹੀ ਦੋਸਤੋ ਆਪਾਂ ਇੱਕ ਕੰਪੇਨਿਗ ਸ਼ੁਰੂ ਕੀਤੀ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਸੀਂ 26 ਜਨਵਰੀ ਦੀ ਟਰੈਕਟਰ ਪ੍ਰੇਡ ਦੇ ਲਈ ਹੋਰ ਕਿੰਨੇ ਜਣਿਆਂ ਨੂੰ ਜਾਗਰੂਕ ਕਰਨ ਵਾਲੇ ਹੋ ਸੋ ਆਓ ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਹ ਵੀਡੀਓ ਕਲਿੱਪ ਤਰੇਕ ਤਰੇਕ सुनता सुनता मैं पागल हो गया कब में लगा किसानों को इंसाफ मोदी दुनिया के साल में तो ये दैपन चौकलेटों का दायिन चाहते होंगे गया बहुत कुश्करता है मार डालेगा कार्लिमेंट मुरे सबराज ना खड़ाया